ਨਮਸਕਾਰ ਸਤਿ ਸ੍ਰੀ ਅਕਾਲ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਸੁਰੇਂਦਰ ਸਿੰਘ ਸਵਾਗਤ ਕਰਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਸ ਵੇਲੇ ਮੈਂ ਮੌਜੂਦ ਹਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਉਹ ਤੰਬੂ ਦੇ ਹੇਠਾਂ ਜਿੱਥੇ ਭਾਈ ਗੁਰਬਖਸ਼ ਸਿੰਘ ਨੇ ਪਿਛਲੇ 35 ਦਿਨਾਂ ਤੋਂ ਲਗਾਤਾਰ ਭੁਖੜਤਾਲ ਰੱਖੀ ਹੋਈ ਹੈ ਉਹਨਾਂ 6 ਸਿੰਘਾਂ ਦੀ ਰਿਹਾਈ ਲਈ ਜਿਨ੍ਹਾਂ ਨੇ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਨੇ ਅਸੀਂ ਅੱਜ ਦਾ ਆਪਣਾ ਟਾਕਿੰਗ ਪੰਜਾਬ ਸ਼ੋਅ ਇੱਥੋਂ ਸ਼ੁਰੂ ਕਰਾਂਗੇ ਤੇ ਬ੍ਰੇਕ ਤੋਂ ਬਾਅਦ ਅਸੀਂ ਅੱਧਾ ਸਮਾਂ ਜਿਹੜਾ ਹੋਊਗਾ ਸਾਡਾ ਅਸੀਂ ਬਾਹਰ ਇਸ ਤੰਬੂ ਦੇ ਉਸਦੇ ਬਾਰੇ ਅਸੀਂ ਦੇਖਾਂਗੇ ਤੇ ਉਸਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਦੇਖ ਸਕਦੇ ਹਾਂ ਇੱਥੇ ਕਿ ਪਾਠ ਚੱਲ ਰਿਹਾ ਇੱਥੇ ਤੇ ਸਿੰਘ ਸਾਹਿਬ ਇੱਕ ਪਾਠ ਕਰ ਰਹੇ ਨੇ ਭਾਈ ਸਾਹਿਬ ਉਸੇ ਤਰ੍ਹਾਂ ਅਡੋਲਤਾ ਉਹਨਾਂ ਦੇ ਚਿਹਰੇ ਦੇ ਉੱਤੋਂ ਝਲਕ ਰਹੀ ਹੈ ਉਸੇ ਤਰ੍ਹਾਂ ਇਸ ਸਥਾਨ ਦੇ ਉੱਤੇ ਬੈਠੇ ਨੇ ਪਿਛਲੇ 34 ਦਿਨਾਂ ਤੋਂ ਲਗਾਤਾਰ ਤੇ ਹੋਰ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਭਾਈ ਅਮਰੀਕ ਸਿੰਘ ਜਿਹੜੇ ਹੈਗੇ ਨੇ ਦਮਦਮੀ ਟਿਕਾਲ ਤੋਂ ਤੇ ਉਹਨਾਂ ਦੇ ਨਾਲ ਜਿਹੜੇ ਹੈਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕੋ ਇੱਕ ਮੈਂਬਰ ਜਿਹੜੇ ਇੱਥੇ ਮੌਜੂਦ ਨੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਉਹ ਬੈਠੇ ਨੇ ਪ੍ਰਿੰਸੀਪਲ ਰਵੀ ਸਿੰਘ ਬੈਠੇ ਨੇ ਸੋ ਇਹ ਜਿਹੜਾ ਇਸ ਵੇਲੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਅਡੋਲਤਾ ਦੇ ਨਾਲ ਦ੍ਰਿੜਤਾ ਦੇ ਨਾਲ ਆਪਣਾ ਜਿਹੜਾ ਨਿਸ਼ਚਾ ਕੀਤਾ ਹੋਇਆ ਉਸਤੇ ਪਰਪੱਕਤਾ ਦੇ ਨਾਲ ਉਹ ਪੈਰਾ ਦੇ ਰਹੇ ਨੇ ਪਿਛਲੇ 34 ਦਿਨਾਂ ਤੋਂ ਲਗਾਤਾਰ ਹਾਲਾਤ ਨੇ ਜਿਹੜੇ ਹੌਲੀ-ਹੌਲੀ ਬਦਲ ਰਹੇ ਨੇ ਉਹ ਕਿਹੜੀ ਜਥੇਬੰਦੀ ਆ ਉਹ ਕਿਹੜਾ ਵਿਅਕਤੀ ਹੈ ਜਿਸ ਨੇ ਇਹਨਾਂ ਦੇ ਸੰਘਰਸ਼ ਨੂੰ ਸਮਰਥਨ ਨਹੀਂ ਦਿੱਤਾ ਸਿਵਾਏ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਕੁਝ ਜਥੇਦਾਰਾਂ ਨੂੰ ਛੱਡ ਕੇ ਬਾਕੀ ਸਾਰੇ ਜਿੰਨੀਆਂ ਵੀ ਪੰਜਾਬ ਦੀਆਂ ਸਿਆਸੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਜਿਹੜਾ ਇਹ ਸੰਘਰਸ਼ ਆ ਉਸ ਨੂੰ ਆਪਣਾ ਸਮਰਥਨ ਦਿੱਤਾ ਸਾਨੂੰ ਥੋੜੀ ਦੇਰ ਪਹਿਲਾਂ ਜਾਣਕਾਰੀ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਜਿਹੜੀ ਸੰਘਰਸ਼ ਦੀ ਇਹ ਫਰਤਾਲ ਦੀ ਜਿਹੜੀ ਇਹ ਐਜੀਟੇਸ਼ਨ ਚੱਲ ਰਹੀ ਹੈ ਉਸ ਨੂੰ ਤੜਵਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਸੋ ਅਸੀਂ ਭਾਈ ਗੁਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਇਸ ਸੰਘਰਸ਼ ਨੂੰ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਹੋਣ ਦੇ ਨਾਤੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਕਰਦਾ ਜੀ ਸਾਰੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿੱਖ ਹੋਣ ਦੇ ਨਾਤੇ ਔਰ ਇੱਕ ਸੇਵਾਦਾਰ ਹੋਣ ਦੇ ਨਾਤੇ ਜੋ ਭਾਈ ਗੁਰਬਖਸ਼ ਸਿੰਘ ਦਾ ਸੰਘਰਸ਼ ਹੈ ਉਹ ਕੌਮੀ ਸੰਘਰਸ਼ ਹੈ ਕੋਈ ਇਹਨਾਂ ਦਾ ਨਿੱਜਤਾ ਵਾਲਾ ਸੰਘਰਸ਼ ਨਹੀਂ ਕੋਈ ਇਹਨਾਂ ਦਾ ਇਹਦੇ ਵਿੱਚ ਆਪਣਾ ਨਿੱਜੀ ਮੋਟਿਵ ਨਹੀਂ ਕੌਮ ਦੇ ਹਿੱਤਾਂ ਦੀ ਪਹਿਰੇਦਾਰੀ ਔਰ ਕੌਮ ਦੇ ਹਿੱਤਾਂ ਦੀ ਇਹ ਗੱਲ ਕਰ ਰਹੇ ਨੇ ਕਿਉਂਕਿ ਦੁਨੀਆ ਦੇ ਕਿਸੇ ਵੀ ਮੁਲਕ ਦਾ ਅਜਿਹਾ ਕੋਈ ਕਾਨੂੰਨੀ ਕਿ ਜਿੱਥੇ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕਿਸੇ ਵੀ ਵਿਅਕਤੀ ਨੂੰ ਜਿਹਦੇ ਤੇ ਕਿਸੇ ਪ੍ਰਕਾਰ ਦਾ ਵੀ ਦੋਸ਼ ਲੱਗਿਆ ਹੋਵੇ ਕਿ ਜੋ ਅਦਾਲਤ ਨੇ ਸਜ਼ਾ ਮਿੱਥ ਦਿੱਤੀ ਉਹ ਤੋਂ ਬਾਅਦ ਵੀ ਉਹਨੂੰ ਉਸੇ ਤਰ੍ਹਾਂ ਹੀ ਜੇਲ੍ਹ ਦੇ ਵਿੱਚ ਡੱਕਿਆ ਜਾ ਰਿਹਾ ਹੈ ਇਸ ਕਰਕੇ ਇਹਨਾਂ ਨੇ ਇਹ ਆਵਾਜ਼ ਬੁਲੰਦ ਕੀਤੀ ਹੈ ਔਰ ਮੈਂ ਸਮਝਦਾ ਕਿ ਇੱਕ ਪ੍ਰਾਤਨ ਸਿੰਘਾਂ ਵਾਲਿਆ ਉਹ ਜਜ਼ਬਾ ਜਿਹੜੇ ਜਿਹੜੇ ਜਜ਼ਬੇ ਦੀ ਗੱਲ ਅਸੀਂ ਤਵਾ ਰੇਖਾ ਵਿੱਚ ਗੁਰ ਇਤਿਹਾਸ ਵਿੱਚ ਜਾਂ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਤੋਂ ਬਾਅਦ ਜਿਨ੍ਹਾਂ ਸਿੰਘਾਂ ਨੇ ਜੰਗਲਾਂ ਦੇ ਵਿੱਚ ਰਹਿ ਰਹਿ ਕੇ ਘੋੜਿਆਂ ਤੇ ਕਾਠੀਆਂ ਤੇ ਉਹ ਸਮਾਂ گزارਿਆ ਮੈਂ ਸਮਝਦਾ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਉਹੋ ਜਿਹਾ ਜਿਹੜਾ ਸਮਾਂ ਅੱਜ ਇੱਕ ਕੌਮ ਦੇ ਸਾਹਮਣੇ ਇੱਕ ਦਿੜ੍ਹ ਨਿਸ਼ਟਾ ਜਿਹੜਾ ਉਹ ਇੱਕ ਪ੍ਰਗਟ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 175 ਮੈਂਬਰ ਨੇ ਉਹਨਾਂ ਦੇ ਵਿੱਚੋਂ ਕੁਝ ਗਿਣਤੀ ਦੇ ਹੀ ਸਿੰਘ ਇਸ ਹੱਕ ਸੱਚ ਦੀ ਲੜਾਈ ਦੇ ਵਿੱਚ ਤੁਹਾਡੇ ਵਰਗੇ ਕਿਉਂ ਨਿਤਰੇ ਨੇ ਬਾਕੀਆਂ ਬਾਰੇ ਕੀ ਕਹੂਗੇ ਦੇਖੋ ਜੀ ਪਹਿਲੀ ਗੱਲ ਦਾਸ ਨੂੰ ਸੇਵਾ ਮਿਲੀ ਹੈ ਅਮਰ ਸ਼ਹੀਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਧੰਨ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ ਦੇ ਪਾਵਨ ਦਰ ਦੀ ਨਿੱਜੀ ਤੌਰ ਤੇ ਮੈਂ ਸਮਝਦਾ ਕਿ ਜੇ ਇਸ ਇਹਨਾਂ ਦੇ ਮਿਸ਼ਨ ਵਿੱਚ ਮੈਂ ਨਾ ਆਉਂਦਾ ਤਾਂ ਹੋ ਸਕਦਾ ਇਸ ਇਤਿਹਾਸ ਦੇ ਵਿੱਚ ਸਭ ਤੋਂ ਜਿਹੜਾ ਕਲੰਕ ਵਾਲਾ ਧੱਬਾ ਉਹ ਮੈਨੂੰ ਲੱਗ ਸਕਦਾ ਤੇ ਇਸ ਕਰਕੇ ਨਿੱਜੀ ਤੌਰ ਤੇ ਔਰ ਕਿਉਂਕਿ ਦੂਸਰਾ ਦਾਸ ਦੇ ਪਿਤਾ ਮਹਾਪੁਰਸ਼ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਔਰ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਜੋ ਕਿ ਸੰਤ ਸਮਾਜ ਦੇ ਵਿੱਚੋਂ ਇਹਨਾਂ ਇਹ ਮਹਾਪੁਰਸ਼ਾਂ ਨੇ ਫੈਸਲਾ ਕਰਕੇ ਕਿਉਂਕਿ ਦਾਸ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਸੰਤ ਸਵਾਜ ਦੇ ਕੋਟੇ ਵਿੱਚੋਂ ਹੈ ਇਸ ਕਰਕੇ ਸਾਡਾ ਜੇ ਅਸੀਂ ਪ੍ਰਚਾਰ ਕਰਦੇ ਆਂ ਗੁਰਮਤ ਦੀ ਗੱਲ ਕਰਦੇ ਆਂ ਗੁਰਬਾਣੀ ਦੇ ਅਰਥ ਕਰਦੇ ਆਂ ਤਾਂ ਸਾਡਾ ਜ਼ਰੂਰ ਹੀ ਫਰਜ਼ ਬਣਦਾ ਹੈ ਕਿ ਜੇ ਬਹੁਤਾ ਨਹੀਂ ਤਾਂ ਕੁਝ ਨਾ ਕੁਝ ਸਾਡਾ ਜੀਵਨ ਉਹ ਹੋਣਾ ਚਾਹੀਦਾ ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹੁਣ ਇਹ ਇਤਿਹਾਸ ਲਿਖਿਆ ਜਾ ਰਿਹਾ ਹੈ ਇਹਦਾ ਨਿਰਣਾ ਅੱਜ ਕੌਮ ਨੇ ਆਪ ਕਰਨਾ ਹੈ ਸਿੱਖ ਕੌਮ ਦੇ ਵਿੱਚ ਅੱਜ ਇੱਕ ਸਾਹਮਣੇ ਹੈ ਕਿ ਕੌਣ-ਕੌਣ ਮੈਂ ਇਹ ਨਹੀਂ ਸਮਝਦਾ ਕਿ ਕਿਸੇ ਦੇ ਆਉਣ ਨਾਲ ਜਾਂ ਨਾ ਆਉਣ ਨਾਲ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਨੂੰ ਕੋਈ ਫਰਕ ਪਵੇਗਾ ਮਲੇਰ ਕੋਟਲੇ ਦੇ ਨਵਾਬ ਨੇ ਇੱਕ ਮੁਸਲਮਾਨ ਸੀ ਇੱਕ ਮੁਸਲਮਾਨ ਨੇ ਜੇ ਸਾਹਿਬਜ਼ਾਦਿਆਂ ਦੀ ਖਾਤਰ ਹਾੜਾ ਨਾਰਾ ਮਾਰਿਆ ਤੇ ਅੱਜ ਵੀ ਅਸੀਂ ਉਦੀ ਪੂਜਾ ਕਰਦੇ ਆ ਇਹ ਤਾਂ ਵਸ ਇੱਕ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਾਉਣ ਵਾਲੀ ਬਾਤ ਹੈ ਮੈਂ ਸਮਝਦਾ ਕਿ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਸੰਘਰਸ਼ ਵਿੱਚ ਹਿੱਸਾ ਪਾਇਆ ਪਾਤਸ਼ਾਹ ਉਹਨਾਂ ਦੇ ਉੱਤੇ ਅਥਾਹ ਕਿਰਪਾ ਕਰਨਗੇ ਤੋ ਤੁਸੀਂ ਬਹੁਤ ਬਾਖੂਬੀ ਢੰਗ ਦੇ ਨਾਲ ਇਹ ਸਾਰੀ ਜਿਹੜੀ ਹੈ ਸਾਨੂੰ ਜਾਣਕਾਰੀ ਦਿੱਤੀ ਕਿ ਉਹ ਲੋਕ ਆਪਣੇ ਆਪ ਹੀ ਇਸ ਕਾਫਲੇ ਦੇ ਵਿੱਚ ਹੌਲੀ ਹੌਲੀ ਸ਼ਾਮਲ ਹੋ ਜਾਣਗੇ। ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਸਾਡੇ ਕੋਲ ਅਜਨਾਲਾ ਬੈਠੇ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਦਮਦਮੀ ਟਕਸਾਲ ਦਾ ਆਪਣਾ ਇੱਕ ਇਤਿਹਾਸ ਹੈ। ਸ਼ਹੀਦ ਬਾਬਾ ਦੀਪ ਸਿੰਘ ਉਸ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਬਾਬਾ ਹਨੂਮਾਨ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਤੇ ਦਮਦਮੀ ਟਕਸਾਲ ਵੱਲੋਂ ਇਸ ਵੇਲੇ ਇਸ ਸੰਘਰਸ਼ ਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਹੈ? ਸਭ ਤੋਂ ਪਹਿਲਾਂ ਜੋ ਸਿੱਖੀ ਦਾ ਸੱਚਾ ਤੇ ਸੱਚਾ ਉਸੂਲ ਹੈ ਸਰਬੱਤ ਸੰਗਤਾਂ ਦੇ ਨਾਲ ਦਾਸ ਫਤੀ ਦੀ ਸਾਂਝ ਦੁਆਰਾ ਅਰਜ ਕਰਦਾ ਸਾਰੀਆਂ ਸੰਗਤਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜਦੋਂ ਵੀ ਸੰਘਰਸ਼ ਦੇ ਵਿੱਚ ਆਉਂਦਾ ਹੈ ਆਪਣੇ ਸੱਚ ਅਤੇ ਹੱਕ ਦੀ ਮੰਗ ਨੂੰ ਲੈ ਕਰਕੇ ਸਿੱਖ ਸੰਘਰਸ਼ ਦੇ ਵਿੱਚ ਆਉਂਦਾ ਹੈ ਭਾਵੇਂ ਤਾਂ ਮੁਗਲੀਆਂ ਸਰਕਾਰ ਆਈ ਪਾਵੇਂ ਅੰਗਰੇਜ਼ ਸਰਕਾਰ ਆਈ ਪਾਵੇਂ ਮੌਜੂਦਾ ਵਰਤਮਾਨ ਇੰਡੀਆ ਸਰਕਾਰ ਆਈ ਇਹਨਾਂ ਸਰਕਾਰਾਂ ਨੇ ਸਿੱਖਾਂ ਦੇ ਨਾਲ ਹਮੇਸ਼ਾ ਵਾਸਤੇ ਵਿਤਕਰਾ ਕੀਤਾ ਬੇਨਿਆਈ ਕੀਤੀ ਸਿੱਖ ਕਿਸੇ ਦੇ ਨਾਲ ਵਿਤਕਰੇ ਦੀ ਭਾਵਨਾ ਨਹੀਂ ਰੱਖਦਾ ਬੇਨਿਆਈ ਨਹੀਂ ਕਰਦਾ ਬੀ ਅਸੂਲੀ ਨਹੀਂ ਕਰਦਾ ਸਿੱਖ ਹਮੇਸ਼ਾ ਵਾਸਤੇ ਆਪਣੇ ਹੱਕ ਤੇ ਸੱਚ ਦੀ ਲੜਾਈ ਕਰਦਾ ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਨੇ ਪਿਛਲੇ ਮਹੀਨੇ ਦੀ 14 ਤਰੀਕ ਤੋਂ ਜੋ ਸਰਕਾਰਾਂ ਵੱਲੋਂ ਸਿੱਖ ਵੀਰਾਂ ਨੂੰ ਮਿਲੀ ਗਈ ਸਜ਼ਾ ਭੁਗਤ ਚੁੱਕੀ ਆ ਪਰ ਸਰਕਾਰ ਅਜੇ ਵੀ ਉਹਨਾਂ ਨੂੰ ਰਿਹਾਆ ਕਰਨ ਦਾ ਇਰਾਦਾ ਨਹੀਂ ਬਣਾਇਆ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਰਕੇ ਗੁਰਸਿੱਖ ਦਾ ਫਰਜ਼ ਹੁੰਦਾ ਹੈ ਕੋਈ ਵੀ ਕਾਰਜ ਕਰੇ ਸਭ ਤੋਂ ਪਹਿਲਾਂ ਆਪਣੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਅਰਦਾਸ ਕਲਗੀ ਤਰਪਾਤਸਾ ਨੇ ਆਪਣੇ ਸਿੱਖ ਨੂੰ ਇੱਕ 101 ਅਰਦਾਸ ਕਰਨ ਦਾ ਹੁਕਮ ਕੀਤਾ ਕਲਗੀ ਤਰਪਾਤਸਾ ਦਾ ਹੁਕਮ ਮੰਨਦਾ ਮੰਨਦਿਆਂ ਹੋਇਆਂ ਭਾਈ ਗੁਰਬਖਸ਼ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਣੇ ਗੁਰੂ ਪਾਤਸ਼ਾਹ ਦੇ ਉੱਪਰ ਵਿਸ਼ਵਾਸ ਰੱਖ ਕਰਕੇ ਅਰਦਾਸ ਕੀਤੀ ਕਿ ਜਿੰਨਾ ਚਿਰ ਸਜਾਵਾਂ ਕੱਟ ਚੁੱਕੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਆਪਣਾ ਸ਼ਾਂਤ ਮੇ ਢੰਗ ਦੇ ਨਾਲ ਇਹ ਸੰਘਰਸ਼ ਜਾਰੀ ਰੱਖਾਂਗੇ ਪਰ ਕੁਝ ਕ ਸੰਪਰਦਾਵਾਂ ਕੁਝ ਜਥੇਬੰਦੀਆਂ ਨੂੰ ਛੱਡ ਕਰਕੇ ਬਾਕੀ ਸਾਰੀ ਸੰਗਤ ਗੁਰੂ ਨਾਨਕ ਨਾਮ ਲੀਵਾ ਸੰਗਤ ਭਾਈ ਗੁਰਬਖਸ਼ ਸਿੰਘ ਦੀ ਨਾਲ ਖਲੋਤੀ ਆ ਇਸੇ ਤਰ੍ਹਾਂ ਦਮਦਮੀ ਟਕਸਾਲ ਦਾ ਇਤਿਹਾਸ ਹੈ ਸ਼ਹੀਦ ਬਾਬਾ ਜੀਪ ਸਿੰਘ ਜੀ ਤੋਂ ਲੈ ਕੇ ਕਰਕੇ ਸਮੇ ਸਮੇਂ ਅਨਸਾਰ ਵੱਖ-ਵੱਖ ਮੁਰਚਿਆਂ ਤੇ ਦਮਦਮੀ ਟਕਸਾਲ ਨੇ ਆਪਣਾ ਬਣਦਾ ਯੋਗ ਪਾਇਆ ਇਸੇ ਤਰ੍ਹਾਂ ਮੈਂ ਆਪਣਾ ਫਰਜ਼ ਸਮਝਦਾ ਹੋਇਆ ਭਾਈ ਗੁਰਬਖਸ਼ ਸਿੰਘ ਜੀ ਦੇ ਨਾਲ ਮਨ ਅਤੀ ਤਨ ਬਾਣੀ ਕਰਕੇ ਆਪਣਾ ਸਹਯੋਗ ਦੇਣ ਦੇ ਵਾਸਤੇ ਆਇਆ ਪਰ ਸਾਧਗੁਰੂ ਸਾਹਿਬ ਜੀ ਕਿਰਪਾ ਕਰਨ ਜਿਸ ਤਰ੍ਹਾਂ ਕਿ ਪਾਵਨ ਗੁਰਬਾਣੀ ਦੇ ਬਚਨ ਹਨ ਸੇਵਕ ਕੀ ਔੜ ਕਨਿਭੀ ਪ੍ਰੀਤ ਜੀਵਤ ਸਾਹਿਬ ਸੇਵੀ ਆਪਣਾ ਚਲ ਤੇ ਰਾਖਉ ਚੀਤ ਸਿੱਖ ਦਾ ਵਿਸ਼ਵਾਸ ਆਪਣੇ ਗੁਰੂ ਪਾਤਸ਼ਾਹ ਤੇ ਹੁੰਦਾ ਜਦੋਂ ਕੋਈ ਕਾਰਜ ਰੰਭ ਕਰਦਾ ਅਰਦਾਸ ਕਰਦਾ ਕਾਰਜ ਦੇ ਫਤੇ ਹੁਣ ਤੋਂ ਬਾਅਦ ਆਪਣੇ ਸਿਰ ਦੇ ਉੱਪਰ ਸੇਰਾ ਕਦੇ ਵੀ ਵਾਸਤੇ ਨਹੀਂ ਲੈਂਦਾ ਕਿਉਂਕਿ ਪਾਵਨ ਗੁਰਬਾਣੀ ਦੇ ਬਚਨ ਹਨ ਜਿਸ ਕਾ ਕਾਰਜ ਤਨ ਹੀ ਕੀਆ ਮਾਨਸ ਕਿਆ ਵਿਚਾਰ ਆ ਰਾਮ ਦੇ ਮਹਾਵਾਕ ਅਨੁਸਾਰ ਭਾਈ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ ਕਬੀਰ ਨਾ ਹਮ ਕੀਆ ਨਾ ਕਰਹੇਗੇ ਨਾ ਕਰ ਸਕੇ ਸਰੀਰ ਜੋ ਕੀਆ ਸੋ ਹਰ ਕੀਆ ਭਾਇਓ ਕਬੀਰ ਕਬੀਰ ਇਸੇ ਤਰ੍ਹਾਂ ਭਾਈ ਗੁਰਬਖ ਸਿੰਘ ਜੀ ਦਾ ਅਡੋਲ ਨਿਸ਼ਚਾ ਹੈ ਭਾਵੇਂ ਕਿ ਪ੍ਰਚਾਦਾ ਸ਼ਕੇ ਨੂੰ ਅੱਜ 36 ਦਿਨ ਹੋ ਗਏ ਆ ਪਰ ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਪਰ ਉਹਨਾਂ ਦਾ ਮਨ ਆਤਮਾ ਅਤੀ ਨਿਸ਼ਚਾ ਉਸੇ ਤਰ੍ਹਾਂ ਅਡੋਲ ਹੈ ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਪਾਸ ਦਾਸ ਦੀ ਅਰਦਾਸ ਬੇਨਤੀ ਹੈ ਕਿ ਇਸ ਵਿੱਡੇ ਸੰਘਰਸ਼ ਨੂੰ ਸਤਿਗੁਰੂ ਸਾਹਿਬ ਜੀ ਪੂਰਨ ਤੌਰ ਤੇ ਸਫਲਤਾ ਬਖਸ਼ ਕਰਕੇ ਗੁਰਸਿੱਖ ਦੀ ਅਰਦਾਸ ਨੂੰ ਜ਼ਰੂਰ ਆਪਣੇ ਦਰੋਂ ਕਰੋ ਭਾਗ ਲਾ ਕਰਕੇ ਨਿਸਚਾ ਦੀ ਨਿਸਦੇ ਦੀ ਦਾਤ ਬਖਸ਼ ਕਰਕੇ ਨਿਹਾਲੂ ਨਿਹਾਲ ਕਰਨਗੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਦੇਖਿਆ ਬਹੁਤ ਸਾਰੇ ਇੱਥੇ ਜਿਹੜੇ ਸੰਗਤ ਇਸ ਵੇਲੇ ਬੈਠੀ ਹੈ ਬਹੁਤ ਸਾਰੇ ਜਿਹੜਾ ਸਮਰਥਨ ਹੈ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਾਮਲ ਹੋ ਰਹੀਆਂ ਨੇ ਸੋ ਇਹ ਸੰਘਰਸ਼ ਨੂੰ ਇੱਕ ਅਜਿਹੀ ਅਮਲੀ ਰੂਪਰੇਖਾ ਇਸ ਵੇਲੇ ਮਿਲ ਰਹੀ ਹੈ ਆਪਣੇ ਆਪ ਇਸ ਦੀ ਰੂਪਰੇਖਾ ਕੁਦਰਤੀ ਤੌਰ ਤੇ ਉੱਤੇ ਆਪਣੇ ਆਪ ਹੀ ਘੜੀ ਜਾ ਰਹੀ ਹੈ ਕਿ ਇਹ ਕਾਫਲਾ ਵੱਡਾ ਹੁੰਦਾ ਜਾ ਰਿਹਾ ਹੌਲੀ ਹੌਲੀ ਪ੍ਰਿੰਸੀਪਲ ਵੀਰ ਸਿੰਘ ਰਵੀ ਸਿੰਘ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਉਹ ਇਸ ਸੰਘਰਸ਼ ਨੂੰ ਕਿਵੇਂ ਦੇਖਦੇ ਨੇ ਤੇ ਇਸ ਦਾ ਹੱਲ ਕੀ ਨਿਕਲ ਸਕਦਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਨੇ ਇਸ ਸੰਘਰਸ਼ ਨੂੰ ਹਮਾਇਤ ਦਿੱਤੀ ਹੈ ਪਰ ਜਿਹੜੀ ਹਕਮਰਾਨ ਤੇਰਾ ਉਸ ਵੱਲੋਂ ਜਿਹੜਾ ਹੈ ਇਸ ਸੰਘਰਸ਼ ਬਾਰੇ ਹਾਲੇ ਤੱਕ ਕੋਈ ਨਿਰਣਾ ਨਹੀਂ ਲਿਆ ਗਿਆ ਪ੍ਰਿੰਸੀਪਲ ਸਾਹਿਬ ਤੁਸੀਂ ਇਸ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਇਸ ਸੰਘਰਸ਼ ਜਿਹੜਾ ਹੈ ਬਹੁਤ ਹੀ ਸ਼ਾਂਤਮਈ ਚੱਲ ਰਿਹਾ ਸਾਰੀਆਂ ਸਿੱਖ ਜਥੇਬੰਦੀਆਂ ਆਮ ਸਿੱਖ ਖਾਸ ਸਿੱਖ ਇਸ ਸੰਘਰਵ ਵਿੱਚ ਸ਼ਾਮਲ ਹੋ ਰਿਹਾ ਤੇ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਹਾਲੇ ਵੀ ਇਸ ਸੰਘਰਸ਼ ਤੋਂ ਪਛੜੇ ਹੋયા ਉਹ ਵੀ ਸਾਥ ਦੇਣ ਤਾਂ ਕਿ ਛੇਤੀ ਤੋਂ ਛੇਤੀ ਇਸ ਸੰਘਰਸ਼ ਨੂੰ ਸਫਲਤਾਪੂਰਵਕ ਸਿਰੇ ਚੜਾਇਆ ਜਾ ਸਕੇ ਭਾਈ ਗੁਰਬਖਸ਼ ਸਿੰਘ ਜੀ ਨੇ ਜੋ ਇਹ ਸੰਘਰਸ਼ ਅਰੰਭਿਆ ਮੈਂ ਸਮਝਦਾ ਸਗੋਂ ਇਹ ਕੁਝ ਲੇਟ ਪ੍ਰੋਗਰਾਮ ਸਿੱਖ ਸੰਗਤਾਂ ਵੱਲੋਂ ਹੋਇਆ ਇਹਨਾਂ ਵੱਲੋਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਤਾਂ ਕਿ ਜਿਹੜੇ ਜੇਲ੍ਹ ਵਿੱਚ ਸਜ਼ਾ ਭੁਗਤਣ ਤੋਂ ਹਾਲੇ ਵੀ ਬੈਠੇ ਨੇ ਤਾਂ ਕਿ ਉਹ ਛੇਤੀ ਰਿਹਾ ਹੋ ਸਕਦੇ ਤੇ ਹੁਣ ਅਕਾਲਪੁਰਖ ਵਾਹਿਗੁਰੂ ਨੇ ਇਹਨਾਂ ਨੂੰ ਪ੍ਰੇਰਣਾ ਬਖਸ਼ੀ ਤੇ ਇਹਨਾਂ ਦੇ ਪਾਰਟੀ ਨਾਲ ਤੇ ਸਾਰੀ ਸੰਗਤਾਂ ਇੱਥੇ ਬੈਠੀਆਂ ਨੇ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਨੂੰ ਇਸ ਸੰਘਰਸ਼ ਵਿੱਚ ਸਫਲਤਾ ਬਖਸ਼ਿਸ਼ ਕਰਨ ਤੇ ਸਿੱਖ ਸੰਗਤਾਂ ਨੂੰ ਇਸ ਸੰਘਰਸ਼ ਸਾਹਮਣੇ ਹੋਣ ਲਈ ਉਤਮ ਪ੍ਰੇਰਨਾ ਬਖਸ਼ਿਸ਼ ਕਰਨ। ਅ ਇਸ ਤੋਂ ਬਾਅਦ ਅਸੀਂ ਬ੍ਰੇਕ ਲਵਾਂਗੇ ਬ੍ਰੇਕ ਤੇ ਅਸੀਂ ਬਾਹਰ ਜਾ ਕੇ ਦੇਖਾਂਗੇ ਇਸ ਪੰਡਾਲ ਦੇ ਇਸ ਟੈਂਟ ਦੇ ਕਿ ਉੱਥੇ ਜਿਹੜੀਆਂ ਸੰਗਤਾਂ ਨੇ ਕਿੰਨਾ ਕੁ ਸਮਰਥਨ ਜੁਟਿਆ ਹੋਇਆ। ਉਸ ਤੋਂ ਪਹਿਲਾਂ ਅਸੀਂ ਭਾਈ ਸਾਹਿਬ ਨੂੰ ਪੁੱਛਦੇ ਹਾਂ ਕਿ ਐਨੀ ਚੜ੍ਹਦੀ ਕਲਾ ਦੇ ਵਿੱਚ ਉਹ ਇਸ ਵੇਲੇ ਵੀ ਤੁਸੀਂ ਜਿਹੜਾ ਸੰਗਤਾਂ ਦਾ ਤੁਹਾਨੂੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਬਿਆਨ ਦਿੱਤਾ ਉਹਨਾਂ ਦਾ ਸਮਰਥਨ ਕੀਤਾ ਕਿ ਉਹ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਸਿੰਘ ਉਹਨਾਂ ਦੀ ਰਿਹਾਈ ਕਰਨੀ ਬਣਦੀ ਹੈ। ਸੋ ਭਾਈ ਸਾਹਿਬ ਤੁਸੀਂ ਕੀ ਕਹੋਗੇ? ਅੱਜ ਤੁਹਾਨੂੰ 36 ਦਿਨ ਹੋ ਚੁੱਕੇ ਨੇ ਅਨਪਾਣੀ ਛਕਿਆ ਤੇ ਪੂਰੀ ਚੜ੍ਹਦੀ ਕਲਾ ਦੇ ਵਿੱਚੋਂ ਪੂਰੇ ਅਸੀਂ ਦੇਖ ਰਹੇ ਹਾਂ ਤੇ ਸਾਨੂੰ ਵੀ ਇੱਕ ਤਰ੍ਹਾਂ ਦਾ ਜੋਸ਼ ਆ ਜਾਂਦਾ ਬਹੁਤ ਸਾਰੇ ਸਾਡੇ ਭਰਾ ਨੇ ਪੱਤਰਕਾਰ ਭਰਾ ਨੇ ਤਾਂ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੇ ਪੂਰੀ ਤਰ੍ਹਾਂ ਫਰਜ਼ ਨਿਭਾਰੇ ਨੇ ਨਿਭਾਣੇ ਚਾਹੀਦੇ ਨੇ ਸਾਰਿਆਂ ਨੂੰ ਤੁਸੀਂ ਇਸ ਸੰਘਰਸ਼ ਦੇ ਇਸ ਵੇਲੇ ਮੋਰੀ ਵੱਜੋ ਅੱਗੇ ਲੀਡ ਕਰ ਰਹੇ ਹੋ ਅਗਵਾਈ ਕਰ ਰਹੇ ਹੋ ਤੇ ਪੂਰੀ ਸੰਗਤ ਦਾ ਤੁਹਾਨੂੰ ਸਮਰਥਨ ਮਿਲ ਰਿਹਾ ਤੇ ਕੀ ਕਹੋਗੇ ਇਸ ਦੇ ਬਾਰੇ ਸਾਰੀ ਸੰਗਤ ਨੂੰ ਅੱਜ ਉੜਕੇ ਫਤਿਹ ਪ੍ਰਮਾਨ ਵਿਭਾਗ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਆਦਾ ਕੁਝ ਨਹੀਂ ਕਹਾਗਾ ਗੁਰਪ੍ਰੀਤ ਸਿੰਘ ਨੇ ਕਹਿ ਦਿੱਤਾ ਜਾਂ ਬਾਪੂ ਜੀ ਬੈਠੇ ਨੇ ਸਿੱਧੂ ਸਾਹਿਬ ਕੁਝ ਕਹਿ ਸਕਣ ਤੇ ਮੈਂ ਤੇ ਇੱਕ ਗੱਲ ਕਹਿਣਾ ਵੀ ਕੱਲ 3 ਵਜੇ ਮੈਂ ਦੁਬਾਰਾ ਇੱਕ ਮੀਟਿੰਗ ਬੁਲਾ ਰਿਹਾ ਹਾਂ ਉਸ ਮੀਟਿੰਗ ਦੇ ਵਿੱਚ ਅਸੀਂ ਇਹ ਸਰਕਾਰ ਦੇ ਪ੍ਰਥਾਏ ਕੋਈ ਹੋਰ ਨਵਾਂ ਫੈਸਲਾ ਲੈਣ ਦੀ ਸੋਚ ਰਹੇ ਹਾਂ ਕਿ ਇਹ ਜਿਹੜੇ ਕੰਨ ਨੇ ਬੋਲੇ ਚੁੱਕੇ ਹੋ ਗਏ ਆ ਤੇ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਦਿਲਦਾਰੀ ਇਹ ਨਾ ਨਾਈਂ ਕਾ ਤੇ ਕਹਿਜਾ ਤਾਂ ਕੋ ਮਾੜੀ ਗੱਲ ਨਹੀਂ ਗੁਰੂ ਦੀ ਵਡਿਆਈ ਹੈ ਗੁਰੂ ਜਿਹੜਾ ਨਾ ਇਹ ਤੇ ਚੀਂਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਇਹਨੂੰ ਕੀੜੀ ਦਾ ਵੀ ਫਿਕਰ ਹੈ ਇਹਨੂੰ ਹਾਥੀ ਦਾ ਵੀ ਫਿਕਰ ਹੈ ਹਾਥੀ ਦੇ ਪੈਰ ਥੱਲੇ ਕੀੜੀ ਨੂੰ ਕੀੜੀ ਨਹੀਂ ਮਰ ਸਕਦੀ ਹਾਂਜੀ ਤੇ ਕੀੜੀ ਜਿਹੜੀ ਇਹ ਹਾਥੀ ਨੂੰ ਮਾਰ ਦਿੰਦੀ ਹੈ ਮਾਰ ਦਿੰਦੀ ਹੈ ਨਾ ਇਸੇ ਤਰ੍ਹਾਂ ਇਹ ਸਮਰੱਥਾ ਜਿਹੜੀ ਹੈ ਗੁਰੂ ਦੀ ਵਡਿਆਈ ਹੈ ਗੁਰੂ ਆਪਣੀ ਵਡਿਆਈ ਜਿਹੜੀ ਹੈ ਇਹ ਕਦੇ ਵੀ ਸਿੱਖ ਨੂੰ ਨਰਾਸ਼ ਨਹੀਂ ਹੋਣ ਦਿੰਦਾ ਬਾਦਲ ਥੋੜੀ ਇਹੋੀ ਗੱਲ ਨਾਲ ਸੁਣੀ ਬੰਦੇ ਦੇ ਬੰਦੇ ਦੇ ਵਾਦੀ ਥੋੜੀ ਗੱਲ ਇਹ ਤਾਂ ਪਰਮੇਸ਼ੀਰ ਆ ਸਰਬੱਤ ਦਾ ਭਲਾ ਮੰਗਦਾ ਜੀਵ ਜੰਤੂ ਤੋਂ ਲੈ ਕੇ ਜਲ ਮਹਿ ਜੰਤੂ ਉਪਾਏ ਕਿ ਤਿੰਨਾ ਪਰੋ ਜੀ ਦੇ ਤੇ ਮੈਂ ਤਾਂ ਧਰਤੀ ਦੇ ਬੈਠਾ ਸਾਡੀ ਉਹਦੀ ਕਿਰਪਾ ਸੱਚੇ ਪਾਤਸ਼ਾਹ ਦੀ ਠੀਕ ਹੈ ਭਾਈ ਸਾਹਿਬ ਜੀ ਮੈਂ ਸ਼ੁਕਰ ਕਰਦਾ ਹਾਂ ਪਰਮੇਸ਼ਰ ਦਾ ਮੈਂ ਉਸ ਰਜਾ ਚ ਰਹਿ ਕੇ ਸਦਾ ਹੀ ਖੁਸ਼ ਰਹਿਣਾ ਸਦਾ ਹੀ ਖੁਸ਼ ਰਹਿਣਾ ਸਦਾ ਹੀ ਖੁਸ਼ ਰਹਿਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਰੱਬ ਤੇ ਮੈਂ ਸੁਰਿੰਦਰ ਸਿੰਘ ਐਸ ਵੇਲੇ ਗੁਰਦੁਆਰਾ ਅੰਬ ਸਾਬ ਮੋਹਾਲੀ ਦੇ ਬਾਹਰ ਜਿੱਥੇ ਭਾਈ ਗੁਰਬਖਸ਼ ਸਿੰਘ ਟੈਂਟ ਦੇ ਵਿੱਚ ਬੈਠੇ ਨੇ ਉਸ ਦੇ ਬਾਹਰ ਅਸੀਂ ਖੜੇ ਹਾਂ ਬਹੁਤ ਸਾਰੀਆਂ ਸੰਗਤਾਂ ਐਸ ਵੇਲੇ ਸਮਰਥਨ ਦੇ ਵਿੱਚ ਆਈਆਂ ਹੋਈਆਂ ਨੇ ਪੂਰੀ ਜਿਹੜੀ ਐਸ ਵੇਲੇ ਠੰਡ ਦਾ ਜ਼ੋਰ ਹੈ ਐਸ ਵੇਲੇ ਇੱਥੇ ਇਹ ਆਪਾਂ ਦੇਖ ਸਕਦੇ ਹਾਂ ਕਿ ਇੱਕ ਪਾਸੇ ਇੱਥੇ ਧੂਣੀ ਵੀ ਲਾਈ ਹੋਈ ਆ ਸਿੰਘਾਂ ਨੇ ਤੇ ਇਹ ਅੱਗ ਸੇਕ ਰਹੇ ਨੇ ਆਪਣੀ ਠੰਡ ਦੂਰ ਕਰ ਰਹੇ ਨੇ ਅੰਦਰ ਟੈਂਟ ਦੇ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸਾ ਬੈਠੇ ਨੇ ਅਸੀਂ ਦੇਖ ਸਕਦੇ ਹਾਂ ਕਿ ਪਿੱਛੇ ਜਿਹੜੇ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਨੇ ਉਹ ਕੁਝ ਸਿੰਘਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਇਸ ਵੇਲੇ ਮੀਟਿੰਗ ਦੇ ਵਿੱਚ ਉਹ ਰੁੱਝੇ ਹੋਏ ਨੇ ਤੇ ਉਹਨਾਂ ਨੂੰ ਆਪਣੇ ਸੰਘਰਸ਼ ਦੀ ਜਿਹੜੀ ਅਗਲੀ ਰੂਪਰੇਖਾ ਉਸ ਦੇ ਬਾਰੇ ਜਾਣੂ ਕਰਵਾ ਰਹੇ ਨੇ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ ਜਿਹੜੇ ਹੈਗੇ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇੱਥੇ ਉਹਨਾਂ ਨਾਲ ਗੱਲ ਕਰਦੇ ਆ ਕਿ ਇਹ ਸੰਘਰਸ਼ ਦੇ ਵਿੱਚ ਇੰਨਾ ਵੱਡਾ ਸਮਰਥਨ ਹੈ ਤੇ ਇਸ ਨੂੰ ਜਿਹੜਾ ਹੈ ਮੈਨੇਜ ਕਿਵੇਂ ਕੀਤਾ ਜਾ ਰਿਹਾ ਹੈ ਤੇ ਜਿਹੜੀਆਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਸਮਰਥਨ ਦੇਣ ਲਈ ਪੂਰਾ ਦਿਨ ਭਾਰ ਆਉਂਦੀਆਂ ਰਹੀਆਂ ਲਗਾਤਾਰ ਪਿਛਲੇ 15-20 ਦਿਨਾਂ ਤੋਂ ਇੱਥੇ ਆ ਰਹੀਆਂ ਨੇ ਤਾਂ ਕਿਵੇਂ ਦਾ ਉਹਨਾਂ ਦੇ ਵਿੱਚ ਜਜ਼ਬਾ ਹੈ ਤੇ ਕਿਵੇਂ ਤੁਸੀਂ ਉਹਨਾਂ ਨੂੰ ਮੈਨੇਜ ਕਿਵੇਂ ਕਰਦੇ ਹੋ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਭਾਈ ਗੁਰਵਖ ਸਿੰਘ ਖਾਲਸਾ ਦੀ ਜੋ ਭੁਖ ਹੜਤਾਲ ਹੈ 36ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ ਪੰਜਾਬ ਦੇ ਅੰਦਰ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪਰ ਐਸ ਵੇਲੇ ਪੰਜਾਬ ਦੀ ਮਾਨਸਿਕਤਾ ਵਿੱਚ ਇੱਕ ਕੁਐਸਚਨ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਐਸ ਵੇਲੇ ਪੰਜਾਬ ਦੀ ਜਿਹੜੀ ਜੋ ਸਰਕਾਰ ਹੈ ਕਿ ਉਹ ਪੰਥਕ ਸਰਕਾਰ ਹੈ ਜਾਂ ਨਹੀਂ ਇਸ ਪ੍ਰਸ਼ਨ ਨੂੰ ਲੈ ਕੇ ਹਰ ਇੱਕ ਮਨ ਵਿੱਚ ਬਲਬਲੇ ਲੈ ਕੇ ਇੱਥੇ ਆ ਰਿਹਾ ਹੈ ਜੱਜਬੀਆਂ ਸਹਿਤ ਆ ਰਿਹਾ ਹੈ ਇੱਕ ਲੋਕ ਲਹਿਰ ਬਣ ਚੁੱਕੀ ਹੈ ਸਾਰੇ ਪੰਜਾਬ ਵਿੱਚੋਂ ਇੱਥੇ ਦਿਨ ਵਿੱਚ ਵੀ ਰਾਤ ਵਿੱਚ ਵੀ ਸੰਗਤਾਂ ਹੁਮਮਾ ਆ ਕੇ ਪਹੁੰਚ ਰਹੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਚਾਹੇ ਕੋਈ ਦੂਰ ਬੈਠਾ ਹੈ ਚਾਹੇ ਨੇੜੇ ਭਾਈ ਗੁਰਬਖਸ਼ ਸਿੰਘ ਜੀ ਸੇਹਦ ਦਾ ਵਾਸਤੇ ਅਰਦਾਸਾਂ ਕਰੋ ਜਪਜੀ ਸਾਹਿਬ ਚੌਪਈ ਸਾਹਿਬ ਦੇ ਪਾਠ ਕਰਦੇ ਹੋਏ ਆਪ ਜੀ ਇਹਨਾਂ ਦੀ ਸੇਹਦ ਦੀ ਮਨੋ ਕਾਮਨਾ ਸੇਹਤਵਾਦ ਹੋਣ ਦੀ ਆਪ ਜੀ ਅਰਦਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੁਖਵਿੰਦਰ ਸਿੰਘ ਜੀ ਨੇ ਬੜੀ ਘੱਟ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਹੈ ਆਪਣੀ ਦੱਸਿਆ ਕਿ ਇਹ ਸਾਰਾ ਕੁਝ ਕਿਵੇਂ ਹੈ ਸਾਰੇ ਇੱਥੇ ਜਿਹੜਾ ਗੁਰਦੁਆਰਾ ਅੰਬਸਾਹਵ ਹੈ ਮੋਹਾਲੀ ਦਾ ਇਸ ਵੇਲੇ ਰਾਤ ਦਾ ਸਮਾਂ ਅਸੀਂ ਪੂਰੀ ਤਰ੍ਹਾਂ ਦੇਖ ਨਹੀਂ ਸਕਦੇ ਪਰ ਸਾਰੇ ਜਿਹੜੇ ਬੈਨਰ ਲੱਗੇ ਹੋਏ ਨੇ ਮਾਟੋ ਲੱਗੇ ਹੋਏ ਨੇ ਉਹ ਅਸੀਂ ਦੇਖ ਸਕਦੇ ਹਾਂ ਕਿ ਪੂਰਾ ਜਿਹੜੀਆਂ ਸਮਰਥਨ ਹੈ ਸਾਰੀਆਂ ਸਮਾਜਿਕ ਸਿੱਖ ਜਥੇਬੰਦੀਆਂ ਵੱਲੋਂ ਕਿ ਭਾਈ ਸਾਹਿਬ ਦੇ ਨਾਲ ਨੇ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਨੇ ਇਸ ਵੇਲੇ ਹੋਰ ਵੀ ਸਾਡੇ ਨਾਲ ਜਿਹੜੇ ਸੱਜਣ ਨੇ ਇਸ ਵੇਲੇ ਜੁੜੇ ਹੋਏ ਨੇ ਤੁਸੀਂ ਭਾਈ ਸਾਹਿਬ ਕਿੱਥੋਂ ਆਇਓ ਮੈਂ ਮੋਹਾਲੀ ਤੋਂ ਹੀ ਆਇਆ ਹਾਂ 10 ਫੇਸ ਤੋਂ ਅੱਛਾ ਇਹ ਸੰਘਰਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਇਹ ਵਿਰਲੇ ਹੀ ਕਰਦੇ ਨੇ ਇਹ ਹਰ ਇੱਕ ਦਿਨ ਵਾਸਤੇ ਦੀ ਗੱਲ ਨਹੀਂ ਹੁੰਦੀ ਸਾਡੇ ਦਾ ਉਹਨਾਂ ਚਰਨਾਂ 'ਚ ਹੋਣਾ ਸਲੂਟ ਹੈ ਅਸੀਂ ਉਹਨਾਂ ਦੇ ਮੁਕਾਬਲੇ ਨਹੀਂ ਸੋ ਮੈਂ ਉਹਨਾਂ ਲੋਕਾਂ ਦਾ ਵੀ ਸਵਾਗਤ ਕਰਦਾ ਜਿਹੜੇ ਇਸ ਵੇਲੇ ਬਾਦਲ ਸਰਕਾਰ ਦੀ ਡਿਊਟੀ ਨਿਭਾ ਰਹੇ ਨੇ ਤੇ ਕੁਝ ਸੀਆਈਡੀ ਦੇ ਇੱਥੇ ਲੋਕ ਨੇ ਉਹਨਾਂ ਦਾ ਵੀ ਤਹਿ ਦਿਲੋਂ ਮੈਂ ਸਵਾਗਤ ਕਰਦਾ ਮਜਬੂਰੀ ਹੁੰਦੀ ਹੈ ਉਹਨਾਂ ਨੂੰ ਵੀ ਡਿਊਟੀ ਕਰਨੀ ਪੈਂਦੀ ਹੈ ਸੋ ਸਾਡੇ ਨਾਲ ਹੋਰ ਵੀ ਸੱਜਣ ਪੁਰਸ਼ ਨੇ ਉਹਨਾਂ ਨੂੰ ਪੁੱਛਦੇ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਬਲੌਂਗੀ ਤੋਂ ਲਖਵਿੰਦਰ ਸਿੰਘ ਜੀ ਤੁਸੀਂ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਨੂੰ ਹਮਾਇਤ ਦੇਣ ਲਈ ਕੀ ਜਜ਼ਬਾ ਲੈ ਕੇ ਪਹੁੰਚੋ ਅਸੀਂ ਤਾਂ ਇਹ ਦੇਖੋ ਭਾਈ ਸਾਹਿਬ ਨੇ ਐਡਾ ਬੜਾ ਕਦਮ ਚੁੱਕਿਆ ਹੈ ਤੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਸਾਨੂੰ ਜਿੱਥੇ ਉਹਨਾਂ ਦੀ ਸਿਹਤ ਦਾ ਅਫਸੋਸ ਹੈ ਸਾਨੂੰ ਪਰ ਕੌਮ ਦੇ ਨਾਲੋਂ ਖੜੇ ਆਂ ਸਾਨੂੰ ਉਹਦੀ ਖੁਸ਼ੀ ਵੀ ਹੈਗੀ ਹੈ ਤੇ ਮੈਂ ਇੱਕ ਗੱਲ ਬਾਦਲ ਸਾਹਿਬ ਨੂੰ ਪੁੱਛਣਾ ਚਾਹਨਾ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਸਿੰਘਾਂ ਬਾਰੇ ਪਤਾ ਨਹੀਂ ਹੈਗਾ ਕਿ ਕੀ ਉਹਨਾਂ ਦਾ ਕੇਸ ਚੱਲ ਰਿਹਾ ਹੈ ਜੇ ਉਹਨਾਂ ਨੂੰ ਨਹੀਂ ਪਤਾ ਹੋਊਗਾ ਹੋਰ ਕਿਹਨੂੰ ਪਤਾ ਹੋਊਗਾ ਅਸੀਂ ਸਿੱਖਾਂ ਨੇ ਉਹਨਾਂ ਨੂੰ ਪੰਥ ਦੇ ਲੀਡਰ ਬਣਾਇਆ ਹੈ ਪੰਥਕ ਆਪਣੇ ਆਪ ਨੂੰ ਕਹਿੰਦੇ ਆ ਉਹ ਤੇ ਉਹਨਾਂ ਨੂੰ ਸਿੱਖਾਂ ਦੇ ਬਾਰੇ ਪਤਾ ਨਾ ਹੋਵੇ ਫਿਰ ਉਹਦਾ ਫਾਇਦਾ ਕੀ ਆ ਸਾਨੂੰ ਬਣਾਉਣ ਦਾ ਦੂਜੀ ਗੱਲ ਸਟੇਟਾਂ ਦਾ ਮਸਲਾ ਹੈ ਕਰਨਾਟਕ ਦੇ ਵਿੱਚ ਭਾਈ ਗੁਰਦੇਵ ਸਿੰਘ ਨੂੰ ਫੜਿਆ ਹੋਇਆ ਉਹਨਾਂ ਨੇ ਪੂਰੀ ਆਪਣੀ ਸਜ਼ਾ ਪੂਰੀ ਕਰ ਲਈ ਹੈ ਫਿਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਯੂਪੀ ਦੇ ਵਿੱਚ ਬੈਠੇ ਆ ਗੁਜਰਾਤ ਦੇ ਵਿੱਚ ਬੈਠੇ ਆ ਚੰਡੀਗੜ੍ਹ ਇਹ ਪ੍ਰਸ਼ਾਸਨ ਨੇ ਆਪ ਕਰਨਾ ਹੁੰਦਾ ਪਰ ਇਹ ਕੁਝ ਨਹੀਂ ਕਰ ਰਹੇ ਹੁਣ ਉਹਨਾਂ ਨੂੰ 36 ਦਿਨ ਹੋ ਗਏ ਤੇ ਬਾਦਲ ਸਾਹਿਬ ਹੁਣ ਇੱਕ ਵਾਰ ਵੀ ਉਹਨਾਂ ਨੇ ਗੇੜਾ ਨਹੀਂ ਮਰਿਆ ਕਾਹਦੇ ਪੰਥਕ ਲੀਡਰ ਐ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਮਾੜਾ ਮੋਟਾ ਇਹ ਸੰਘਰਸ਼ ਪ੍ਰਤੀ ਜੀ ਭਾਈ ਸਾਹਿਬ ਨੇ ਜੋ ਕਦਮ ਚੱਕਿਆ ਬਹੁਤ ਸ਼ਲਾਘਾਯੋਗ ਹੈ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸੁੱਤੀ ਕੌਮ ਦੀ ਜਮੀਰ ਜਗਾਤੀ ਭਾਈ ਸਾਹਿਬ ਨੇ ਸਾਰੀ ਕੌਮ ਬੜੀ ਖੁਸ਼ੀ ਹੁੰਦੀ ਦੇਖਦੇ ਆਂ ਇੱਥੇ ਸਾਰੀ ਕੌਮ ਭਾਈ ਸਾਹਿਬ ਦੇ ਨਾਲ ਖੜੀ ਹੈ ਤੇ ਸੋ ਇਹਨਾਂ ਜਿਹੜੇ ਲੀਡਰਾਂ ਨੂੰ ਸੋਚਣਾ ਚਾਹੀਦਾ ਵਾ ਸੰਗ ਸੰਗਤਾਂ ਦੀ ਜੋ ਇਹ ਹੈਗੀ ਆ ਯਾਨੀ ਕਿ ਇਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਸੰਗਤਾਂ ਦੀ ਆਵਾਜ਼ ਹਾਂਜੀ ਬਹੁਤ ਵਧੀਆ ਜੀ ਤੁਸੀਂ ਭਾਈ ਸਾਹਿਬ ਕਿੱਥੋਂ ਆਏ ਹਾਂ ਜਪੁਰੇ ਤੋਂ ਆਏ ਲਖਮੀਰ ਸਿੰਘ ਜੀ ਔਰ ਲਖਮੀਰ ਸਿੰਘ ਰਾਜਪੁਰੇ ਤੇ ਆਏ ਹੋ ਤੇ ਕੀ ਸੋਚ ਕੇ ਆਇਓ ਕੀ ਮਨ ਦੇ ਵਿੱਚ ਜਜ਼ਬਾ ਲੈ ਕੇ ਆਇਓ ਤੇ ਭਾਈ ਸਾਹਿਬ ਦੀ ਸਿਹਤ ਦੀ ਕਾਮਨਾ ਕਰਦੇ ਆਂ ਜੀ ਬਾਕੀ ਜੇ ਸੰਜੇਦਤ ਨੂੰ ਪ੍ਰੋਬਲ ਹੋ ਸਕਦੀ ਏ ਸਾਨੂੰ ਘਟਿਰਤੇ ਹੁਣ ਕਰਕੇ ਨਹੀਂ ਹੋ ਰਹੀ ਤੇ ਉਹਦੇ ਅੰਦਰੋਂ ਸਾਰੀ ਵੀਆਈਪੀ ਉਹਨੂੰ ਸਹੂਲਤ ਮਿਲਦੀ ਏ ਜੀ ਨਾਲੇ ਟਾਡਾ ਦਾ ਕੇਸ ਲੱਗਿਆ ਹੋਇਆ ਏ ਜੀ ਉਹਦੇ ਉਹਨੂੰ ਪ੍ਰੋਬਲ ਹੋ ਸਕਦੀ ਏ ਸਾਡੇ ਸਿੰਘਾਂ ਨੂੰ ਪ੍ਰੋਬਲ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਬੜੀ ਕਾਨੂੰਨੀ ਤੌਰ ਤੇ ਤਕਨੀਕੀ ਗੱਲ ਕੀਤੀ ਹੈ ਲਖਮੀਰ ਸਿੰਘ ਨੇ ਰਾਜਪੁਰਾ ਤੋਂ ਆਏ ਨੇ ਇਹਨਾਂ ਨੇ ਕਿਹਾ ਕਿ ਜੇ ਸੰਜੇ দত্ত ਨੂੰ ਪੈਰੋਲ ਮਿਲ ਸਕਦੀ ਹੈ ਉਹਦੇ ਤੇ ਵੀ ਟਾਡਾ ਲੱਗਿਆ ਹੋਇਆ ਤੇ ਬਾਕੀ ਜਿਹੜੇ ਘਟ ਗਿਣਤੀ ਨਾਲ ਸੰਬੰਧਿਤ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਲੋਕਾਂ ਨੂੰ ਇਹ ਪੈਰੋਲ ਕਿਉਂ ਨਹੀਂ ਮਿਲ ਸਕਦੀ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਫਰੋਹਪੁਰ ਤੋਂ ਆਇਆ ਜੀ ਖਾਲਸਾ ਗੁਰਦੁਆਰੇ ਮੈਂ ਸੇਵਾ ਕਰਦਾ ਹਾਂ ਹਾਂ ਜੀ ਮੈਂ ਤਾਂ ਸਪੈਸ਼ਲਿਸਟ ਇਸੇ ਕਰਕੇ ਆਇਆ ਹਾਂ ਵੀ ਅਸੀਂ ਇਸ ਪਰਚੋਰ ਨੂੰ ਤਕੜਾ ਬਣਾ ਸਕੀਏ ਜਿਵੇਂ ਵੀ ਹੋ ਸਕਦਾ ਹੈ ਹਾਂ ਜੀ ਇਹਨਾਂ ਦੀ رائے ਦੇ ਨਾਲ ਵੀ ਅੱਗੇ ਸਾਨੂੰ ਕੀ ਕਰਨਾ ਚਾਹੀਦਾ ਹੈ ਕੀ ਸਾਨੂੰ ਕੁਰਬਾਨੀ ਦੇਣੀ ਚਾਹੀਦੀ ਹੈ ਜਿਵੇਂ ਇਹਨਾਂ ਨੇ ਸ਼ਾਂਤਮਈ ਢੰਗ ਨਾਲ ਬੜਾ ਵਧੀਆ ਢੰਗ ਚਲਾਇਆ ਹੈ ਸ਼ਾਂਤਮਈ ਮੋਟ ਗੁਰਦੁਆਰੇ ਤੋਂ ਸ਼ਾਂਤਮਈ ਢੰਗ ਚਲਾਤਾ ਪਰ ਸ਼ਾਂਤਮਈ ਨਾਲ ਕੋਈ ਹੋਇਆ ਨਹੀਂ ਅਜੇ ਤੱਕ ਕਿਤੇ ਵੀ ਇਸ ਤੋਂ ਬਾਅਦ ਤੇ ਮੇਰਾ ਤਾਂ ਖਿਆਲ ਵੀ ਕੋਈ ਨਾ ਕੋਈ ਕੁਰਬਾਨੀ ਤੋਂ ਵੀ ਮਸਲਾ ਚੱਲੂਗਾ ਤੇ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਆਂ ਭਾਈ ਸਾਹਿਬ ਨੂੰ ਪੁੱਛ ਕੇ ਜਿਵੇਂ ਆਖਣਗੇ ਕੀ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਹੈ ਜਸਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਹੋਰ ਬਹੁਤ ਸਾਰੇ ਜਿਹੜੇ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਪਿੱਛੇ ਪੂਰਾ ਟੈਂਟ ਦੇ ਵਿੱਚ ਭੀੜ ਲੱਗੀ ਹੋਈ ਹੈ ਇਸ ਵੇਲੇ ਬਹੁਤ ਸਾਰੀਆਂ ਸੰਗਤਾਂ ਉੱਥੇ ਮੌਜੂਦ ਨੇ ਠੰਡ ਵੱਧ ਰਹੀ ਹੈ ਬਹੁਤ ਦਿਨੋ ਦਿਨ ਜਿਹੜੀ ਹੈ ਠੰਡ ਉਹ ਵੱਧ ਰਹੀ ਹੈ ਪਰ ਉਸ ਦੇ ਬਾਵਜੂਦ ਜਿਹੜਾ ਹੈ ਇੱਥੇ ਮਾਹੌਲ ਧਾਰਮਿਕ ਜਿੱਥੇ ਸ਼ਰਧਾ ਇਸ ਮਾਹੌਲ ਦੇ ਵਿੱਚ ਉੱਥੇ ਰਾਜਨੀਤਿਕ ਸੂਝ ਦੇ ਲਈ ਸਰਗਰਮੀਆਂ ਵੀ ਨਾਲ-ਨਾਲ ਚੱਲ ਰਹੀਆਂ ਨੇ ਤੇ ਇੱਕ ਰਾਜ ਸਰਕਾਰ ਨੂੰ ਇੱਕ ਚੁਣੌਤੀ ਦਿੱਤੀ ਗਈ ਹੈ ਭਾਈ ਗੁਰਪਖ ਸਿੰਘ ਖਾਲਸਾ ਵੱਲੋਂ ਅਤੇ ਉਹਨਾਂ ਸਿੱਖ ਜਥੇਬੰਦੀਆਂ ਵੱਲੋਂ ਕਿ ਕਾਨੂੰਨੀ ਨੁਕਤੇ ਨਿਗਾਹ ਤੋਂ ਜਿਹੜੀਆਂ ਜਾਇਜ਼ ਉਹਨਾਂ ਦੀਆਂ ਮੰਗਾਂ ਨੇ ਤੇ ਜਿਹੜੇ 6 ਸਿੰਘਾਂ ਦੀ ਰਿਹਾਈ ਆ ਉਹ ਬਣਦੀ ਹੈ ਤੇ ਉਹਨਾਂ ਨੂੰ ਰਿਹਾ ਕਰਨਾ ਪੈਂਦਾ ਤੇ ਜੇਕਰ ਉਹ ਰਿਹਾਈ ਹੋ ਜਾਂਦੀ ਹੈ ਤਾਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਐਲਾਨ ਕੀਤਾ ਹੋਇਆ ਹੈ ਕਿ ਉਸੇ ਦਿਨ ਉਹ ਆਪਣਾ ਜਿਹੜਾ ਵਰਤ ਤੋੜ ਦੇਣਗੇ ਤੇ ਇਸ ਤਰ੍ਹਾਂ ਇੱਕ ਜਾਨ ਵੀ ਬਚ ਸਕਦੀ ਹੈ ਕਾਨੂੰਨੀ ਨੁਕਤੇ ਨਿਗਾਹ ਤੋਂ ਜਿਹੜੇ ਵੀ ਸਾਡੇ ਕਾਨੂੰਨੀ ਮਾਹਿਰ ਨੇ ਪ੍ਰਸਿੱਧ ਵਕੀਲ ਨੇ ਉਹਨਾਂ ਨੇ ਵੀ ਸਾਰੇ ਜਿਹੜੇ 6 ਬੰਦੀ ਸਿੰਘ ਨੇ ਉਹਨਾਂ ਦੇ ਜਿਹੜੇ ਕਾਗਜ਼ਾਤ ਨੇ ਉਹਨਾਂ ਦੇ ਡਾਕੂਮੈਂਟਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਵਾਚਿਆ ਉਹਨਾਂ ਨੇ ਉਹਨਾਂ ਦੀ ਘੋਖ ਕੀਤੀ ਹੈ ਉਹਨਾਂ ਦੀ ਪੜਤਾਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਿਹਾਈ ਬਣਦੀ ਹੈ ਤਾਂ ਅੱਗੇ ਦੇਖਦੇ ਹਾਂ ਕਿ ਇਹ ਸੰਘਰਸ਼ ਹੋਰ ਕਿੰਨੇ ਦਿਨ ਚੱਲਦਾ ਹੈ ਤੇ ਜਿਹੜੀ ਸੁਪਾ ਸਰਕਾਰ ਹੈ ਅਕਾਲੀ ਭਾਜਪਾ ਸਰਕਾਰ ਹੈ ਉਹ ਕੀ ਫੈਸਲਾ ਲੈਂਦੀ ਆ ਔਨ ਵਾਲੇ ਦਿਨਾਂ ਦੇ ਵਿੱਚ ਸੋ ਅੱਜ ਦਾ ਅਸੀਂ ਟਾਕਿੰਗ ਪੰਜਾਬ ਸ਼ੋ ਇੱਥੇ ਖਤਮ ਕਰਦੇ ਹਾਂ ਕੱਲ ਫੇਰ ਮਿਲਾਂਗੇ ਜਿਵੇਂ ਜਿਵੇਂ ਸਾਨੂੰ ਕੋਈ ਇਸ ਸੰਘਰਸ਼ ਦੇ ਬਾਰੇ ਭਾਈ ਗੁਰਬਖਸ਼ ਸਿੰਘ ਬਾਰੇ ਅਪਡੇਟ ਮਿਲੇਗੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਐਸੀ ਤਰ੍ਹਾਂ ਗਲੋਬਲ ਪੰਜਾਬ ਟੀਵੀ